ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੁਹਾਡਾ ਵੀਰ ਬੋਲਣਾ ਪਿਆ, ਬਹੂ ਰੰਗ ਸਾਧ ਮਿਲਰ ਟਰੈਕਟਰ ਲਾਹੌਰ ਤੋਂ, ਮੰਮਾ ਧਨਵਾ ਟਰੈਕਟਰ ਪੇਂਟ। ਮੰਮਾ ਧਨਵਾ ਟਰੈਕਟਰ ਪੇਂਟ ਦੇ ਉੱਤੇ ਯੂਟਿਊਬ ਚੈਨਲ ਬਣਿਆ, ਨਾਲੇ ਇਹਨੂੰ ਸਬਸਕ੍ਰਾਈਬ ਕਰੋ ਅਤੇ ਨਾਲੇ ਇਹਨੂੰ ਲਾਈਕ ਕਰੋ। ਤੁਹਾਡੇ ਕੋਲ ਅੱਛੀ ਤੋਂ ਅੱਛੀ ਵੀਡੀਓ ਆਏਗੀ, ਅੱਛੇ ਤੋਂ ਅੱਛਾ ਕਿਸੇ ਨੇ ਮਸ਼ਵਰਾ ਲੈਣਾ ਹੋਵੇ ਉਹ ਮਿਲੇਗਾ। ਠੀਕ ਹੋ ਗਿਆ? ਇਹ ਗੱਡੀ ਨੂੰ ਲੈਕਰ ਮਾਰਿਆ, 2023 ਮਾਡਲ ਹੈ। ਠੀਕ ਹੋ ਗਿਆ? ਇਹ 2023 ਮਾਡਲ ਨੂੰ ਲੈਕਰ ਮਾਰਨਾ ਹੈ, ਖਾਨਪੁਰ ਕਟੋਰਾ 7 ਚੱਕ ਦੇ ਵਿੱਚ। ਉਸ ਤੋਂ ਬਾਅਦ ਹੁੰਦੇ ਆ ਚਾਰੇ ਰਿਮ, ਵੇਖ ਲਓ ਵੱਡੇ ਰਿਮ ਦੀ ਚਮਕ ਚਮਕ ਚੈੱਕ ਕਰ ਲਾ ਚੰਗੀ ਤਰ੍ਹਾਂ। ਫਿਰ ਇਹਦੇ ਵੀਲਾਂ ਦੇ ਕਾਬਲੇ ਬਾਹਰਲੇ ਅਤੇ ਅੰਦਰਲੇ ਸਾਰੇ ਜਗ੍ਹਾ। ਉਸ ਤੋਂ ਬਾਅਦ ਇਹਦਾ ਆ ਜਾਂਦਾ ਟਰਕੀ ਇੰਜਨ ਨਾਲ ਮਾਰਦਾ। ਕੰਮ ਕੀਤਾ ਹੋਵੇ ਨਾ ਤਾਂ ਕੰਮ ਆਪਣੇ ਮੂੰਹੋਂ ਬੋਲੇ। ਠੀਕ ਹੋ ਗਿਆ? ਉਂਝ ਤਾਂ ਬੰਦੇ ਬੜੀਆਂ ਗੱਲਾਂ ਕਰਦੇ, ਮੈਂ ਇੰਜ ਕਰਨਾ। ਕੰਮ ਜਦੋਂ ਕਰਕੇ ਕਿਸੇ ਨੂੰ ਵਿਖਾਈਏ ਨਾ, ਸਵਾਦ ਫਿਰ ਆਉਂਦਾ। ਕੰਮ ਉਹ ਕਰੇ, ਕੰਮ ਇੱਕ ਵਾਰੀ ਕਿਸੇ ਨੂੰ ਕਰਕੇ ਦਿੱਤਾ ਹੋਵੇ ਨਾ ਅਤੇ ਅਗਲੇ ਬੰਦੇ ਭੱਜ ਗਏ ਹੁਣ, ਯਾਰ ਵਾਕਈ ਤੁਹਾਨੂੰ ਕੰਮ ਕਰਕੇ ਦਿੱਤਾ। ਠੀਕ ਹੋ ਗਿਆ? ਇਹਨੂੰ ਦੋ ਗੱਡੀਆਂ ਨੇ ਅਤੇ ਦੋਨੋਂ ਬੰਪਰ ਲੱਗੇ ਨੇ, ਦੂਸਰੇ ਵੀ ਤੁਹਾਨੂੰ ਆਉਣਾ ਵਾ। ਇਹਦਾ ਛੋਟਾ ਰਿਮ ਹੈ, ਇਹ ਖਾਨਪੁਰ ਕਟੋਰਾ ਆਇਆ ਵਾ ਰਹੀਮ ਯਾਰ ਖਾਂ ਦੇ ਕੋਲ 7 ਚੱਕ ਦੇ ਵਿੱਚ। ਜ਼ੀਰੋ 3 6 44 27 8 3 ਬਹੁ ਰੰਗ ਸਾਧ ਮਿਲਰ ਟਰੈਕਟਰ ਲਾਹੌਰ ਤੋਂ, ਮੰਮਾ ਧਨਵਾ ਟਰੈਕਟਰ ਪੇਂਟ। ਇਹ ਹੈਗਾ ਸੀ 2023 ਮਾਡਲ। ਠੀਕ ਹੋ ਗਿਆ? 2023 ਮਾਡਲ ਗੱਡੀ ਹੈ ਜਿਹੜੀ। ਦੂਸਰੀ ਗੱਡੀ ਹੈ ਵੇ, ਠੀਕ ਹੋ ਗਿਆ, ਹੈਗੀ 2024 ਮਾਡਲ। ਇਹ ਆਇਆ ਖਾਨਪੁਰ ਕਟੋਰਾ। ਠੀਕ ਹੋ ਗਿਆ? 7 ਚੱਕ ਦੇ ਵਿੱਚ ਆ, 2024 ਮਾਡਲ ਹੈ ਅਤੇ ਇਹਨੂੰ ਵੀ ਲੈਕਰ ਮਾਰਿਆ। ਨਾਲੇ ਇਹਦੀ ਕਮੀ ਪੇਸ਼ੀ ਜਿਹੜੀ ਹੈਗੀ ਸੀ ਉਹ ਕੱਢੀ ਅਤੇ ਨਾਲੇ ਇਹਨੂੰ ਲੈਕਰ ਮਾਰਿਆ। ਠੀਕ ਹੋ ਗਿਆ? ਇਹ ਅੰਦਰ ਰਿਮ ਜੇ ਚਾਰ। ਉਸ ਤੋਂ ਬਾਅਦ ਇਹ ਵੇ ਧੜੀ ਧੁੜੀ ਯਾਰ ਸ਼ੈ ਸੋਹਣੀ, ਚੈੱਕ ਕਰ ਮਾਸ਼ਾਅੱਲਾ ਕੰਮ ਤੋਂ ਕੰਮ। ਫਿਰ ਇੱਕ ਤੁਹਾਨੂੰ ਦੂਸਰੀ ਗੱਲ, ਦੋ ਗੱਡੀਆਂ ਕੀਤੀਆਂ ਜੇ, ਇੱਕ ਹੈ ਖਲੀ ਜੇ 23 ਅਤੇ ਦੂਸਰੀ ਖਲੀ ਜੇ ਆ 24। ਠੀਕ ਹੋ ਗਿਆ? ਇਹਨਾਂ ਦੋਵਾਂ ਦੇ ਮੂੰਹ ਜੋੜੇ ਨੇ ਆਵੇ। 0 3 6 44 27 8 3 ਬਹੁ ਰੰਗ ਸਾਧ ਮਿਲਰ ਟਰੈਕਟਰ ਲਾਹੌਰ ਤੋਂ, ਮੁਹੰਮਦ ਅਨਵਰ ਟਰੈਕਟਰ ਪੇਂਟ। ਮੁਹੰਮਦ ਅਨਵਰ ਟਰੈਕਟਰ ਪੇਂਟ ਦੇ ਉੱਤੇ ਯੂਟਿਊਬ ਚੈਨਲ ਬਣਿਆ, ਕਿਸੇ ਬੇਲੀ ਨੇ ਕੰਮ ਚੈੱਕ ਕਰਨਾ ਹੋਵੇ ਉਹਦੇ ਤੋਂ ਕੰਮ ਚੈੱਕ ਕਰਕੇ ਅਤੇ ਫਿਰ ਮੈਨੂੰ ਕਾਲ ਕਰ ਸਕਦਾ। ਮੁਹੰਮਦ ਅਨਵਰ ਟਰੈਕਟਰ ਪੇਂਟ ਬਹੁ ਰੰਗ ਸਾਧ ਮਿਲਰ ਟਰੈਕਟਰ ਲਾਹੌਰ ਤੋਂ। ਠੀਕ ਹੋ ਗਿਆ? ਮੁਹੰਮਦ ਅਨਵਰ ਟਰੈਕਟਰ ਪੇਂਟ ਦੇ ਉੱਤੇ ਯੂਟਿਊਬ ਚੈਨਲ ਬਣਾਇਆ, ਕਿਸੇ ਦੋਸਤ ਨੇ ਮੇਰਾ ਕੰਮ ਚੈੱਕ ਕਰਨਾ ਹੋਵੇ ਪਹਿਲੇ ਕੰਮ ਚੈੱਕ ਕਰੇ ਅਤੇ ਫਿਰ ਮੈਨੂੰ ਫੋਨ ਕਰੇ, ਜਦੋਂ ਉਹਦੇ ਦਿਲ ਦੀ ਤਸੱਲੀ ਹੋਵੇ ਫਿਰ ਮੈਨੂੰ ਫੋਨ ਕਰੇ ਅਤੇ ਮੈਂ ਉਹਨੂੰ ਕੰਮ ਕਰਕੇ ਵਿਖਾਵਾਂ ਕੰਮ ਕੈਸਾ ਹੋਵੇ। ਓਕੇ ਜੀ ਵੀਰ, ਰੱਬ ਰਾਖਾ।